तरफ़ों आई और टल नहीं सकती जमीन आसमान टल सकते इस तो अल्लाह ने सहद करीमा की गल की झूठिया भी नहीं की झूठे मारे जाएंगे जहाँ बंद कतल की गल की है बंदे किसी वढ़ते रेंगे अल्लाह ने कहा मैं वो शारक कट्टूंग वो फिर अगर नबी एक गल भी बेच मिलाऊगा मैं जिंदा ही छूँगा होना नहीं इस तुम तो अल्लाह ने बिलफर्ज किया कि बिल फर्ज अगर नबी लौत कवला बदला कवी सारा दावा झूठा से गुजारा एक अल भी जीन मिला देन अपनी तरफों लाखा सुनाब मैं मिली ਆ ਸੱਚੇ ਹੱਥ ਨਾਲ ਮੈਂ ਉਹਨਾਂ ਹੱਥ ਪਾਉਂਗਾ ਪਕੜ ਲੂੰਗਾ ਅਰ ਉਹ ਦੀਸ਼ਾ ਰਕ ਕਰਦੀ ਅੱਲਾ ਕੱਟੂ ਗਜਨ ਵਾਰ ਕੋਈ ਵੇਖੂ ਕਾਤਲ ਤੇ ਯਾਰ ਕੋਈ ਨਹੀਂ ਬੰਦੇ ਤੇ ਕਿਸੇ ਨਹੀਂ ਮਾਰਾ ਉਹ ਹੋਣਾ ਫਿਰ ਸੱਚੇ ਨਬੀ ਨਾ ਮਗਰ ਐਸਾ ਹੋ ਨਹੀਂ ਸਕਦਾ ਨਾ ਸੱਚੇ ਨਬੀ ਇਹ ਕੰਮ ਕਰਨਾ ਨਾ ਲਾਰੇ ਉਹਥੇ ਅੱਲਾ ਨੇ ਆਗਾ ਜਿਹੜੇ ਮੁਤਾਲੇ ਕਰ ਰਹੇ ਜੇ ਤੇ ਸਾਡੇ ਆਖੇ ਮਰਾਦ ਹੈ ਤੁਹਾਡ ਚੋਂ ਫਿਰ ਇਹਨੂੰ ਕੋਈ ਨਹੀਂ ਬਚਾ ਸਕਦਾ ਇਸ ਪੁਕੜੇ ਦਾ ਕੀ ਚੱਲ ਜੇ ਨਬੀ ਝੂਠਾ ਦਾਵਾ ਕਰਦਾ ਕਾਫਰਾਂ ਨੂੰ ਕਦੇ ਨਹੀਂ ਬਚਾਉਣਾ ਕਾਫਰ ਤੇ ਖੁਸ਼ ਹੋਣਾ ਸੀ बे साडे मतलब की कर रहा करना लाने आख्या मन लवे तो बचाओगे फिर मैं जिंदा नहीं छड़ूंगा इस तक सिर्फ सच्चे नबी के बारे से कि सच्चा नबी खुदा कलाम कोई बात मिलावट नहीं कर गुर पल बनो जिता दल ने इस मौका से आख्या इन्ना वो लकौर रसूल करी ये बड़ा मजद रसूल है जरा लोगों तक पहुँचा रहे इतने भी कई लोगों ने थानवी साहब रमदला हो भी कई आख्या जबरील गल नहीं इतने नहीं जबरील इस्लाम की गल जबरील इस्लाम की गल सूरत तकबीर च ਆਪੇ ਅਗਲੀ ਨਿਆ ਤਾਂ ਦੱਸ ਦਿਨ ਇਹ ਕਿਹਦੀ ਗੱਲ ਹੈ ਕਿ ਗਏਗੇ ਫਸਰ ਕੋੰਜਾਂ ਦੇ ਆ ਇਹ ਤੇ ਜਬਰੀਲ ਫਰਿਸ਼ਤੇ ਦੀ ਗੱਲ ਨਹੀਂ ਕਿਉਂਕਿ ਅਗਲੀ ਗੱਲ ਜਿਹੜੀ ਹੈ ਕਿ ਸ਼ਾਇਰ ਦਾ ਕਲਾਮ ਨਹੀਂ ਹੈ ਕਾਹਨ ਦਾ ਕਲਾਮ ਨਹੀਂ ਇਹ ਜਬਰੀਲ ਦੀ ਗੱਲ ਨਹੀਂ ਸੀ ਰੋਕ ਕਰਦੇ ਰਸੂਲ ਅਕਰਾਮ ਨੇ ਸੀ ਕਿ ਸ਼ਾਇਰ ਇਹ ਕਾਹਨਾ ਅੱਲਾਹ ਨੇ ਆਖਿਆ ਨਹੀਂ ਉਹ ਦੂਜਾ ਮਕਾਮ ਜਿੱਥੇ ਆ ਕੇ ਨੂਲ ਕਾਲ ਰਸੂਲ ਅਕਰਾਮ ذی ਕਵਤਿੰਦਾ ਦਲਰਸ਼ ਮਕੀਨ ਮਤਾਨ ਉਹ ਜਬਰੀਲ ਕੁਰਾਨ ਪਾਕ ਨੂੰ ਲਾ ਮੈਂ ਨਾ ਕਿਸੇ ਤਫਸੀਰ ਇਤਿਹਾਸੀ ਦੀ ਲਾਉਣੀ ਅੱਪੇ ਖੋਲੀ ਜਾਂਦਾ ਜੇ ਰੋਸ਼ਨਾ ਇਹਨੂੰ ਪਰਦਾ ਦੇ ਇਹ ਅੱਲਾ ਦਾ ਕਰਾਮਾਤ ਨੂਰ ਹੈ ਰੋਸ਼ਨੀ ਇੱਥੇ ਆਣੀ ਰਕਤ ਹੋਣ ਤਰ ਅੱਲਾ ਪਾ ਫਰਵਾਉਂਦਾ ਇਹ ਕੁਰਾਨ ਐਸਾ ਰਸੂਲ ਤੁਹਾਨੂੰ ਦੇ ਰਿਹਾ ਜਿਹੜਾ ਰਸੂਲਾਂ ਚੋਂ ਹਰ ਉਸ ਖੂਬੀ ਦਾ ਮਾਰਕ